ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਦੋਸਤ ਰਣਜੀਤ ਸਿੰਘ ਰਿਹਲ ਵੀਜ਼ਾ ਹਾਊ ਇਮੀਗ੍ਰੇਸ਼ਨ ਤੋਂ। ਔਰ ਦੋਸਤੋ, ਪਰਮਾਤਮਾ ਦੀ ਕਿਰਪਾ, ਕੈਨੇਡਾ ਟੂਰਿਸਟ ਵੀਜ਼ਾ PPR ਬੈਕ ਟੂ ਬੈਕ ਆ ਰਹੀਆਂ ਨੇ, ਫੈਬਰੀਆਂ ਵੀ ਆ ਰਹੀਆਂ ਨੇ, ਔਰ ਆਹ ਮੇਰੇ ਕੋਲ ਦੋਸਤੋ ਇੱਥੇ ਜਨਵਰੀ ਦੀਆਂ PPR ਦੀਆਂ ਸਾਰੀਆਂ ਪਈਆਂ ਹੋਈਆਂ ਨੇ। ਹੁਣ ਗੱਲ ਇੱਥੇ ਕੁਛ ਲੋਕੀ ਕਰਦੇ, ਭਾਈ ਤੁਸੀਂ PPR ਤਾਂ ਸ਼ਿਰਕ ਕਰ ਦਿੱਤੀਆਂ, ਕਰੀ ਜਾ ਰਹੇ ਹੋ ਬੈਕ ਟੂ ਬੈਕ, ਵਟ ਅਬਾਊਟ ਦਾ ਰਿਫਿਊਜ਼ਲਸ? ਬਿਲਕੁਲ ਦੋਸਤੋ, ਅੱਜ ਆਪਾਂ ਰਿਫਿਊਜ਼ਲ ਲੈਟਰ ਦੇ ਉੱਪਰ ਵੀ ਗੱਲ ਕਰਾਂਗੇ। ਰਿਫਿਊਜ਼ਲ ਦੇ ਵਿੱਚ ਕੀ ਹੁੰਦਾ ਦੋਸਤੋ, ਕਿ ਆਪਾਂ ਰਿਫਿਊਜ਼ਲ ਤੇ ਵਰਕਿੰਗ ਕਰਦੇ ਹਾਂ ਕਿ ਰਿਫਿਊਜ਼ ਅਗਰ ਹੋਇਆ ਤੇ ਕਿਹੜੇ ਕਾਰਨ ਤੋਂ ਹੋਇਆ, ਔਰ ਅਗਰ ਸਾਨੂੰ ਲੱਗਦਾ ਕਿ ਨਹੀਂ ਇਹ ਜੋ ਰਿਫਿਊਜ਼ਲ ਹੋਈ ਹੈ ਇਹ ਨਜਾਇਜ਼ ਹੋਈ ਹੈ, ਸਾਨੂੰ ਰੀਪਲਾਈ ਕਰਨਾ ਚਾਹੀਦਾ, ਆਪਾਂ ਰੀਪਲਾਈ ਕਰਦੇ ਵੀ ਹਾਂ। ਸਕਰੀਨ ਦੇ ਉੱਤੇ ਦੋਸਤੋ ਦੇਖੋ, ਪਹਿਲਾਂ ਇਹ ਸਾਡੇ ਤੋਂ ਰਿਫਿਊਜ਼ ਹੋਏ, ਅਸੀਂ ਇਹਨਾਂ ਦੀ ਫਾਈਲ ਦੁਬਾਰਾ ਅਸੈਸ ਕੀਤੀ, ਜੋ ਚੀਜ਼ਾਂ ਇਹਨਾਂ ਦੀ ਹੋਰ ਐਡੀਸ਼ਨ ਕਰਵਾਉਣੀ ਚਾਹੀਦੀਆਂ ਸੀ ਉਹ ਕੀਤੀਆਂ, ਪਲੱਸ ਕਵਰ ਲੈਟਰ ਨੂੰ ਹੋਰ ਸਟਰੋਂਗ ਕੀਤਾ। 31 ਦਸੰਬਰ ਨੂੰ ਦੋਸਤੋ ਦੁਬਾਰਾ ਫਾਈਲ ਇਹਨਾਂ ਦੀ ਲਗਾਈ ਗਈ ਸੀਗੀ, ਔਰ ਅਪਰੂਵਲ ਆਈ, ਦਿੱਲੀ ਤੋਂ ਕਲਾਇੰਟ ਸਪੈਸ਼ਲ ਮਿਲਣ ਆਏ ਸੀਗੇ। ਸੋ ਕਹਿਣ ਤੋਂ ਭਾਵ ਆ ਕਿ ਰਿਫਿਊਜ਼ਲ ਦਾ ਮੈਂ ਸਕਰੀਨਸ਼ਾਟ ਵੀ ਸ਼ੇਅਰ ਕਰ ਦਿੱਤਾ ਸੀਗਾ ਯੂਟਿਊਬ ਤੇ ਇੱਕ ਦੋ ਵਾਰੀ, ਬਟ ਰਿਫਿਊਜ਼ਲ ਤੇ ਅਸੀਂ ਬੈਕ ਟੂ ਬੈਕ ਵਰਕਿੰਗ ਵੀ ਕਰ ਰਹੇ ਹਾਂ। ਸੋ ਦੋਸਤੋ, ਰਿਫਿਊਜ਼ਲ ਐਂਡ ਅਪਰੂਵਲ, ਦੀਜ਼ ਆਰ ਦਾ ਟੂ ਸੈਗਮੈਂਟਸ, ਇਹ ਨਾਲ ਨਾਲ ਚੱਲਦੇ ਹੈਗੇ ਆ। ਕਈਆਂ ਦੇ ਰਿਫਿਊਜ਼ਲਾਂ ਵੀ ਆਉਂਦੀਆਂ ਪਈਆਂ ਨੇ, ਕਈਆਂ ਦੇ ਅਪਰੂਵਲਾਂ ਵੀ ਆ ਰਹੀਆਂ ਨੇ, ਬਟ ਓਵਰਆਲ ਗੱਲ ਕਰਾਂ ਤਾਂ PPR ਇਜ਼ ਗੋਇੰਗ ਗੁੱਡ। ਮੈਂ ਸਿਰਫ ਟੂਰਿਸਟ ਦੀ ਗੱਲ ਕਰ ਰਿਹਾ, ਨਾਟ ਅਦਰ ਸੈਕਟਰ। ਕੁਛ ਲੋਕੀ ਕਹਿੰਦੇ ਹੋਣਗੇ ਕਿ ਯਾਰ ਵੀਜ਼ਾ ਹੱਬ ਦੀਆਂ PPR ਕਿਉਂ ਆ ਰਹੀਆਂ ਇੰਨੀਆਂ, ਬਾਕੀਆਂ ਦੀ ਕਿਉਂ ਨਹੀਂ ਆ ਰਹੀਆਂ? ਅਗਰ ਕਿਸੇ ਦਿਮਾਗ 'ਚ ਡਾਊਟ ਆਉਂਦਾ ਆ ਤਾਂ ਮੈਂ ਇੱਕ ਚੀਜ਼ ਕਲੀਅਰ ਕਰ ਦਵਾਂ ਦੋਸਤੋ, ਕਿ ਇਹਨਾਂ PPR ਦੇ ਪਿੱਛੇ ਦੀ ਮਿਹਨਤ ਨੂੰ ਕਿਸੇ ਨੇ ਦੇਖਿਆ ਨਹੀਂ ਸ਼ਾਇਦ। ਉਹ ਮਿਹਨਤ ਕੀ ਹੁੰਦੀ ਹੈ ਕਿ ਮੇਰੇ ਕੋਈ ਵੀ ਕਲਾਇੰਟ ਹੈਗਾ ਜਦੋਂ ਆਉਂਦਾ ਹੈ ਤੇ ਮੈਂ ਫਸਟ ਆਫ ਆਲ ਉਹਦੀ ਪ੍ਰੋਫਾਈਲ ਅਸੈਸ ਕਰਦਾ ਹੈ ਕਿ ਸਰ ਤੁਹਾਡੀ ਪ੍ਰੋਫਾਈਲ 'ਚ ਦਮ ਕਿੰਨਾ ਕਾ, ਆਪਾਂ ਕਰੀਏ ਕਿ ਨਾ ਕਰੀਏ। ਦਿਸ ਇਜ਼ ਮਾਈ ਵੇ ਆਫ ਵਰਕਿੰਗ। ਅਗਰ ਮੇਰੇ ਕੋਲ ਸੈਟਰਡੇ ਦੇ ਵਿੱਚ 55-60 ਬੰਦੇ ਆਉਂਦੇ, ਮੈਂ ਸਭ ਨੂੰ ਇਕੱਲਾ ਬੈਠ ਕੇ ਮਿਲਦਾ ਤਾਂ ਮੈਂ ਸਾਰਿਆਂ ਤੋਂ ਇਹ ਨਹੀਂ ਕਹਿੰਦਾ ਕਿ ਸਰ ਤੁਹਾਡਾ ਵੀ ਹੋ ਜੂ। ਮਾਰਕੀਟ 'ਚ ਚੀਜ਼ ਚੱਲਦੀ ਆ, ਜਿਹੜਾ ਬੰਦਾ ਆ ਗਿਆ ਹੋ ਜਾਏਗਾ ਸਰ, ਹੋ ਜੂਗਾ ਜੀ, ਤੁਹਾਡੇ ਕੋਲ ਬੈਲੈਂਸ ਕਿੰਨਾ, 2 ਲੱਖ, ਕੋਈ ਨਹੀਂ, ਪਵਾਓ ਪੈਸੇ, ਹੋ ਜੂਗਾ ਜੀ। ਨੋ, ਦਿਸ ਇਜ਼ ਨੋਟ ਦਾ ਵੇ ਆਫ ਵਰਕਿੰਗ। ਇਸ ਤਰ੍ਹਾਂ ਵੀਜ਼ੇ ਆਉਣੇ ਮੁਸ਼ਕਿਲ ਹੋ ਜਾਣਗੇ। ਮੈਂ ਸਿਰਫ ਉਹੀ ਚੁਣਿੰਦਾ ਕੇਸ ਦੇਖਦਾ ਕਿ ਸਰ ਤੁਸੀਂ ਇੱਥੇ ਮਿਹਨਤ ਕਰ ਸਕਦੇ ਹੋ, ਥੋੜਾ ਜਿਹਾ ਪ੍ਰੋਫਾਈਲ ਨੂੰ ਵਧੀਆ ਕਰੋ, ਦੈਨ ਵੀ ਕੈਨ ਅਪਲਾਈ। ਇਹਨਾਂ ਜਿਹੜੀ PPR ਆਈਆਂ, ਇਹਨਾਂ ਦੇ 4-4, 6-6 ਮਹੀਨੇ ਮਹੀਨਾ ਪੁਰਾਣੇ ਜੁੜੇ ਹੋਏ ਬੰਦੇ, ਉਹਨਾਂ ਦੀ ਫਾਈਲ ਦੀ ਖਾਮੀਆਂ ਦੱਸੀਆਂ ਕਿ ਸਰ ਤੁਸੀਂ ਅੱਜ ਤਾਂ ਠੀਕ ਕਰੋ, ਫਿਰ ਅਸੀਂ ਅਪਲਾਈ ਕਰਾਂਗੇ। ਗਰੰਟੀ ਬਿਲਕੁਲ ਨਹੀਂ। ਅੱਜ ਤੱਕ ਇੰਨੇ PPR ਆ ਗਏ, ਇੰਨੇ ਵੀਜ਼ੇ ਆ ਗਏ, ਬਟ ਗਰੰਟੀ ਅੱਜ ਤੱਕ ਨਹੀਂ ਲਈ ਆ। ਔਰ ਮੈਂ ਸਭ ਤੋਂ ਪਹਿਲਾਂ ਇੱਥੇ ਸ਼ੁਕਰਾਨਾ ਕਰਨਾ ਚਾਹੂੰਗਾ ਸੱਚੇ ਪਿਤਾ ਪਰਮਾਤਮਾ ਵਾਹਿਗੁਰੂ ਜੀ ਦਾ, ਜਿਹਨਾਂ ਨੇ ਇੰਨੀ ਸੋਚ ਬਖਸ਼ੀ ਆ ਕਿ ਹਾਂ ਆਪਾਂ ਕਿਸੇ ਬੰਦੇ ਦੀ ਫਾਈਲ ਨੂੰ ਲੈ ਕੇ ਉਹਨੂੰ ਪ੍ਰੋਪਰ ਗਾਈਡ ਕਰਦੀ ਸਰ ਤੁਸੀਂ ਕਿੱਦਾਂ ਅੱਗੇ ਚੱਲਣਾ ਹੈ। ਦੋਸਤੋ, ਮੈਂ ਅਰਦਾਸ ਕਰਦਾ ਇਸੇ ਤਰੀਕੇ ਨਾਲ ਹੀ PPR ਆਉਂਦੀਆਂ ਰਹਿਣ। ਤੁਹਾਡਾ ਸਪੋਰਟ ਬਹੁਤ ਜ਼ਿਆਦਾ ਮਿਲਦਾ ਹਮੇਸ਼ਾ, ਬੜਾ ਅੱਛਾ ਲੱਗਦਾ, ਕਾਫੀ ਲੋਕੀ ਸਪੋਰਟ ਕਰਦੇ ਨੇ। ਇੰਸਟਾਗ੍ਰਾਮ ਤੇ ਮੈਨੂੰ ਕਾਫੀ ਲੋਕਾਂ ਨੇ ਕਿਹਾ ਸੀ ਸਰ ਤੁਸੀਂ ਇੰਸਟਾਗ੍ਰਾਮ ਦੇ ਵੀਡੀਓਜ਼ ਪਾਓ, ਇੰਸਟਾਗ੍ਰਾਮ ਦੇ ਵੀਡੀਓਜ਼ ਪਾਉਣ ਲੱਗ ਗਿਆ ਹੋਇਆ, ਨੀਚੇ ਡਿਸਕ੍ਰਿਪਸ਼ਨ ਲਿੰਕ ਦਿੱਤਾ ਹੋਇਆ ਦੋਸਤੋ, ਇਹਨਾਂ ਲੋਕਾਂ ਨੇ ਇੰਸਟਾਗ੍ਰਾਮ ਤੇ ਫੋਲੋ ਕਰਨਾ, ਫੋਲੋ ਕਰ ਸਕਦੇ ਨੇ। ਔਰ ਵੀਜ਼ਾ ਆਪਣੇ ਨਾਲ ਪਿਆਰ ਬਖਸ਼ੋ ਦੋਸਤੋ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਆਪਣਾ ਦੋਸਤ ਰਣਜੀਤ ਸਿੰਘ ਰਿਹਲ ਫਰੋਮ ਵੀਜ਼ਾ।